बहुत ज्यादा नुकसान होना जी। तुम उदो देख लो फसल किसी ने नहीं बढ़ी, सिरे तक कण के कण खड़ी आ। बंद किया जाए डंप जरा चकवाया जाए हर साल हर छे महीने बाद जो अभी फसल बढ़ते साढ़े आई कुछ होंगे। पंजाब च हनेरी झक्खड़ ने किसानां दीआं मुश्कां दे विच होर वी वाधा कीता। जिथे खेतां च खड़ी फसल नूं नुकसान होया, उत्थे ही कई थावां दे उपर अग लगण नाल फसल सड़ गई। खन्ना दे नेड़ले पिंड रसूलड़ा दे कोल बने कूड़े दे डंप नूं अग लगण नाल दर्जना पिंडां दे लोकां नूं पाछड़ां पै गईआं। किसानों ने अग दे डरों रात नूं ही ट्रैक्टर अते कंबाइना चला के अपनी गिल्ली फसल ही वड के रख ली। अभी तो हर बारी कहने जी, हर सीजन कहने, हर सीजन इत्थे अग लगती है। साढ़े हजारा एकड़ आले दुआले फसल खड़ी होंदी है, सानू इत्थे तो बहुत, जे ना साडी अज जिम्मेवारी होंदी इत्थे माड़ी मोटी फसल की, तो साढ़े हजारा एकड़ सड़ के सुआह हो जाती साडी फसल। नगर कौंसल दी जिहड़ी लापरवाही उहदे खिलाफ हुण अग्गे की करोगे तुसीं? हुण असीं उहदे बारे धरना लावांगे जी। इत्थे सारा पिंड इकट्ठे हो के, सारे पंज चार पिंडां दे आले दुआले दे इकट्ठे हो के जिमीदार जिन्ने भी आ। कोई नहीं आया। ਅਸੀਂ ਹਜ਼ਾਰਾਂ ਵਾਰ ਕਹਿ ਚੁੱਕੇ ਹਾਂ ਇਸ ਵਾਰ। ਹੁਣ ਸਰਕਾਰ ਨਵੀਂ ਬਣੀ ਆ, ਉਹ ਕਹਿੰਦੇ ਅਸੀਂ ਆਮ ਆਦਮੀ ਦੀ ਸਰਕਾਰ ਆ, ਲੋਕਾਂ ਦੀ ਪੁਕਾਰ ਸੁਣਾਂਗੇ। ਤੁਹਾਨੂੰ ਲੱਗਦਾ ਕੋਈ ਹੱਲ ਹੋਊਗਾ? ਨਹੀਂ, ਸਾਡਾ ਹਾਲੇ ਤੱਕ ਤਾਂ ਕੋਈ ਹੱਲ ਨਹੀਂ ਹੋਇਆ ਹੈਗਾ। ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹ ਡੰਪ ਹੈ ਜਿਹੜਾ ਇੱਥੋਂ ਚੁਕਾਇਆ ਜਾਵੇ। ਸੁਖਮਨਵੀਰ ਸਿੰਘ, ਇੱਕ ਮਿੰਟ ਦੁਬਾਰਾ ਕਰੀਏ। ਜੇ ਕੋਈ ਚੰਗਿਆੜੀ ਖੇਤਾਂ ਚਲੇ ਜਾਂਦੀ ਕਿੰਨਾ ਕੁ ਨੁਕਸਾਨ ਹੋਣਾ ਸੀ? ਘੱਟੋ ਘੱਟ 500-600 ਕਿੱਲਾ ਜਲਦਾ। 100 ਘਰ ਫੁੱਕਦਾ। ਕਿੰਨੇ ਕੁ ਵਜੇ ਅੱਗ ਲੱਗੀ ਆ ਜੀ? 2-2.5 ਘੰਟੇ ਹੋ ਗਏ ਚੱਲਦੀ ਨੂੰ। ਫਾਇਰ ਬ੍ਰਿਗੇਡ ਕਿੰਨੇ ਟਾਈਮ ਬਾਅਦ ਆਈ ਆ? ਹੁਣੇ ਹੀ ਚੱਕਿਆ ਕਿਸੇ ਨੇ, ਫਾਇਰ ਬ੍ਰਿਗੇਡ ਵਾਲੇ ਨੇ। ਆ ਹੁਣ ਆਈ ਆ, ਇੱਕ ਗੱਡੀ ਆਈ ਆ। ਫਾਇਰ ਬ੍ਰਿਗੇਡ ਦੀ ਅੱਗ ਲੱਗੀ ਆ, 8 ਗੱਡੀ ਆਈ ਆ, 10 ਮਿੰਟ ਬਾਅਦ ਮੁੜ ਗਈ ਉਹ ਜਿਹੜੀ ਆਈ ਸੀਗੀ। ਡੰਪੋ ਅੱਗ ਲੱਗੀ ਨੇ, ਸਾਰਾ ਪਲਾਸਟਿਕ ਨੂੰ ਕੂੜੇ ਨੂੰ ਅੱਗ ਲੱਗੀ ਪਈ ਆ, ਸਾਰਾ ਜ਼ਹਿਰੀਲਾ ਧੂਆਂ ਪਿੰਡ ਵੱਲ ਜਾ ਰਿਹਾ। ਤੁਹਾਨੂੰ ਲੱਗਦਾ ਉਹ ਜਾਂਦੇ ਹੀ ਜਦੋਂ ਵੀ ਹਵਾ ਚੱਲਦੀ ਆ, ਕਿਸਾਨ ਆ ਜੀ ਇਹ, ਕਾਹਨੂੰ ਕੈਂਸਰ ਦੀ ਬਿਮਾਰੀ ਲਾਉਣੀ ਇਹਨੂੰ, ਸਾਰੀ ਬਿਮਾਰੀ ਉਰੀ ਲੱਗੀ। ਜਦੋਂ ਵੀ ਹਵਾ ਚੱਲਦੀ ਆ ਸਾਰਾ ਲਫਾਵਾ ਖੇਤਾਂ 'ਚ ਜਾਂਦਾ, ਹਵਾ ਇੱਕ ਪਿੰਡ ਵੱਲ ਨੂੰ ਜਾਂਦੀ ਆ ਸਾਰੀ ਉਹ। ਤੇ ਤੁਸੀਂ ਕਦੇ ਆਵਾਜ਼ ਨਹੀਂ ਚੁੱਕੀ? ਬਹੁਤ ਵਾਰ ਕਿਹਾ ਜੀ ਨਗਰ ਕੌਂਸਲਰ ਨੇ, ਬਹੁਤ ਵਾਰ ਕਿਹਾ। ਬਸ ਐਤਕੀ ਕਰਦੇ ਆ, ਐਤਕੀ ਕਰਦੇ ਆ ਜੀ। ਤੁਹਾਨੂੰ ਟਾਈਮ ਦਾ ਕੋਈ, ਜੇ ਹੁਣ ਨਾ ਚੱਕੇ ਜਾ ਫਿਰ ਹੁਣ ਬੈਠੇ ਆ ਧਰਨਾ ਲਾਵਾਂਗੇ। ਕੁਛ ਨਾ ਕੁਛ ਕਰਨੇ ਪੈਣੇ ਸਾਨੂੰ ਜੀ। ਥੋੜੀ ਉੱਚ ਰੱਖ ਲਾ ਸਾਹਮਣੇ ਮੋਬਾਈਲ 'ਚ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਦਿਲਜੋਤ ਸਿੰਘ ਹੈ ਜੀ। ਅੱਜ ਜਿਹੜੀ ਅੱਗ ਲੱਗੀ ਆ, ਕੀ ਕਾਰਨ ਰਿਹਾ ਇਹਦਾ? ਇਹਦਾ ਕਾਰਨ ਇਹ ਸੀਵਰੇਜ ਦਾ, ਜਿਹੜਾ ਸਾਰਾ ਸਮਾਨ ਆਉਂਦਾ ਜੀ ਉਰੇ ਖੰਨੇਰਾ ਡੰਪ ਦਾ, ਇੱਥੇ ਕੋਈ ਨਿਗਰਾਨੀ ਰੱਖਦਾ ਜੀ ਆ ਕੇ ਸਾਡੀ ਫਸਲਾਂ ਖਰਾਬ ਹੁੰਦੀ ਆ ਹਰ ਸਾਲ ਜੀ। ਹਰ ਸਾਲ ਉਰੇ ਅੱਗ ਲੱਗਦੀ ਆ, ਤੁਸੀਂ ਆਪ ਦੇਖ ਲਓ ਕਿੰਨੀ ਅਸੀਂ ਖੜੀ ਫਸਲ ਵਾਹੀ ਆ ਸਾਰੀ। ਜਦੋਂ ਅੱਗ ਲੱਗੀ ਕਿਸੇ ਨੂੰ ਇੰਟੀਮੇਟ ਕੀਤਾ ਸੀ? ਅਸੀਂ ਬਹੁਤ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ, ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜੀ। ਫਿਰ ਕਿਸ ਤਰ੍ਹਾਂ ਕੰਟਰੋਲ ਕੀਤਾ ਅੱਗ? ਅਸੀਂ ਸਾਰੀ ਆਪਦੀ ਖੜੀ ਫਸਲ ਵਾਹੀ ਆ, ਕੰਬਾਈਨ ਚਲਾਈ ਆ ਵਿੱਚ ਮਾੜੀ ਮੋਟੀ, ਜਿੰਨਾ ਬਾਕੀ ਪਿੰਡ ਦੇ ਸਹਿਯੋਗ ਨੇ ਆ ਕੇ ਬਹੁਤ ਕਾਬੂ ਕਰਿਆ। ਜਿੱਥੇ ਅੱਗ ਲੱਗੀ ਆਲੇ ਦੁਆਲੇ ਕਿੰਨੇ ਪਿੰਡ ਪੈਂਦੇ ਨੇ? ਇੱਥੇ ਘੱਟੋ ਘੱਟ 4 ਪਿੰਡ ਪੈਂਦੇ ਜੀ, 5। ਜੇ ਕੋਈ ਚੰਗਿਆਰੀ ਖੇਤਾਂ 'ਚ ਜਾਂਦੀ ਤਾਂ ਕਿੰਨਾ ਕੁ ਨੁਕਸਾਨ ਹੋਣਾ? ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਜੀ। ਤੁਸੀਂ ਉਰੋਂ ਦੇਖ ਲਓ ਉਹਨੇ ਫਸਲ ਕਿਸੇ ਨੂੰ ਨਹੀਂ ਵੱਢੀ, ਸਿਰੇ ਤੱਕ ਕਣਕੇ ਕਣਕੇ ਖੜੀ ਆ। ਘੱਟੋ ਘੱਟ ਜੀ 500-600-700 ਕਿੱਲਾ ਖਰਾਬ ਹੁੰਦਾ ਜੀ। ਅਤੇ ਫਾਇਰ ਬ੍ਰਿਗੇਡ ਦੀ ਕੀ ਲਾਪਰਵਾਹੀ ਸਾਹਮਣੇ ਆਈ ਆ? ਲਾਪਰਵਾਹੀ, ਇਹਨਾਂ ਨੇ ਫੋਨ ਨਹੀਂ ਚੱਕੀ ਸਾਡੇ ਕਿਸੇ ਦੇ ਵੀ ਜੀ। ਅਸੀਂ ਹਰ ਵਾਰ ਉਹਨਾਂ ਨੂੰ ਕਹਿੰਦੇ ਹਾਂ ਪ੍ਰਧਾਨ ਸਾਹਿਬ ਆਉਂਦੇ ਆ, ਹਾਂਜੀ ਐਂ ਕਰ ਦਾਂਗੇ ਜੀ, ਐਂ ਕਰ ਦਾਂਗੇ, ਕੁਛ ਨਹੀਂ ਕਰਦੇ ਜੀ ਉਰੇ ਆ ਕੇ ਉਹ। ਅਸੀਂ ਉਹਨਾਂ ਨੂੰ ਅਸੀਂ ਆਪ ਕਿਹਾ ਸੀ ਵੀ ਤੁਹਾਡੀ ਅਪ੍ਰੈਲ ਮਹੀਨੇ ਦੇ ਵਿੱਚ ਆ ਕੇ ਅੱਗ ਲੱਗਣੀ ਹੋਈ ਲੱਗਣੀ ਆ, ਕਿਉਂਕਿ ਸਾਡੀ ਫਸਲਾਂ ਪੱਕੀਆਂ ਹੁੰਦੀਆਂ ਨੇ। ਪਿਛਲੀ ਵਾਰੀ ਜੀਰੀ ਟਾਈਮ ਵੀ ਅੱਗ ਲੱਗੀ ਆ, ਜਦ ਵੀ ਸਾਰੀ ਸਾਡੇ ਕੋਲ ਫੋਟੋਆਂ ਪਈਆਂ ਜੀ ਸਾਰੀ ਸੀ ਜਦ ਵੀ। ਕਦੇ ਲੀਡਰਾਂ ਨੂੰ ਦੱਸਿਆ ਇਸ ਬਾਰੇ? ਲੀਡਰਾਂ ਨੂੰ ਕਹਿੰਦੇ ਬਸ ਕੋਈ ਨਹੀਂ ਹੋ ਜੂ ਇਦਾਂ ਕਹਿ ਕੇ ਸਾਰ ਦਿੰਦੇ ਸਾਰੇ। ਕਿੰਨਾ ਕੁ ਟਾਈਮ ਹੁਣ ਕੀ ਹਾਲਾਤ ਨੇ ਜੀ ਇਸ ਟਾਈਮ? ਕੀ ਅੱਗ ਲੱਗੀ ਨੂੰ ਤੁਹਾਡੇ ਸਾਹਮਣੇ 2-2.5 ਘੰਟੇ ਹੋ ਗਏ ਜੀ। ਹੁਣ ਇਸ ਟਾਈਮ ਕੀ ਹਾਲਾਤ ਨੇ ਜੀ? ਹਾਲਾਤ ਬਹੁਤ ਮਾੜੇ ਆ, ਇੱਕ ਤਾਂ ਕਣਕ ਦਾ ਝਾੜ ਨਹੀਂ ਹੈਗਾ ਇਸ ਵਾਰ, ਇੱਕ ਅਸੀਂ ਫਸਲ ਸਾਰੀ ਖੜੀ ਵਾਹੀ ਆਪਦੀ। ਅੱਗ ਦੇ ਕੀ ਹਾਲਾਤ ਨੇ? ਕੋਈ ਕੰਟਰੋਲ? ਅੱਗ ਦਾ ਕੋਈ ਕੰਟਰੋਲ ਨਹੀਂ, ਤੁਸੀਂ ਦੇਖ ਰਹੇ ਹੋ, ਦੇਖ ਨਹੀਂ ਰਿਹਾ ਜੀ ਕੰਟਰੋਲ, ਕੁਛ ਵੀ ਨਹੀਂ ਦੇਖ ਰਿਹਾ। ਤੇ ਉੱਪਰ ਰਾਤ ਪੈਂਦੀ ਹੈ ਫਿਰ ਕਿੱਦਾਂ ਹੋਊਗਾ? ਹੁਣ ਦੇਖ ਕੇ ਸਾਡਾ, ਅਸੀਂ ਬੈਠਦੇ ਹਾਂ ਸਾਰੇ ਪਿੰਡ ਬਹਿਣੇ ਉਹਦੇ ਕੋਲ, ਹੋਰ ਕੀ ਗਏ? ਕਿੰਨੀ ਮੰਗ ਕਰਦੇ ਹੋ?
हाँ जी मांग असं यही कर रहे हैं साडा एक बंद किया जाए डंप जिहड़ा ये चकवाया जाए जेकर नगर कौंसल ने बंद नहीं करती फिर की करोगे फिर असं इत्थे धरना लावांगे असं सब कुछ करांगे जो सब होया असं करांगे हर साल हर छे महीने बाद जदों असं आपदी फसल वढ़दे साडे नाल आही कुछ हुंदा सदा दे कि लोकां ने खुद अग उपर काबू पाया नगर कौंसल दी वड्डी लापरवाही भी देखण नूं मिली है उत्थे कूड़े दे डंप नूं लै के पिंड वासी ने प्रशासन दे वड्डे सवाल भी खड़े कीते श्री फतेहगढ़ साहिब तों धर्मेंद्र सिंह दी रिपोर्ट D5 चैनल पंजाबी D5 चैनल पंजाबी हुणे सबस्क्राइब करो बैल आइकन ते क्लिक करो की हुंदी है जमाबंदी किवें बणदी है वसीयत जमीन जायदाद दे हर मसले ते करांगे चर्चा देखना ना भुलना साडा खास प्रोग्राम नायब तहसीलदार .com कानून जायदाद दा होवेगी किसाना दी गल नवी खेती मशीना बीजा ते बागां दी गल लेके चलांगे तुहानू रंगले पंजाब दे खेतां वल जल्द आ रहा है साडा खास प्रोग्राम फार्मिंग विद अमरजीत वड़ैच सिर्फ D5 चैनल पंजाबी ते